ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਗਲਤੀਆਂ ਦਾ ਪਤਾ ਲੱਗਣਾ ਸ਼ੁਰੂ ਹੋ ਗਿਆ। ਐ ਪ੍ਰਤੀਤ ਹੋ ਰਿਹਾ ਜਿਵੇਂ ਹੁਣ ਆਮ ਆਦਮੀ ਪਾਰਟੀ ਦੇ ਲੀਡਰ, ਹਾਰੇ ਹੋਏ ਲੀਡਰ, ਹਾਰੇ ਹੋਏ ਉਮੀਦਵਾਰ ਹੌਲੀ ਹੌਲੀ ਇਹ ਜਾਣਨਾ ਸ਼ੁਰੂ ਕਰ ਗਏ ਨੇ ਕਿ ਆਖਿਰਕਾਰ ਗਲਤੀ ਹੋ ਕਿੱਥੋਂ ਗਈ। ਗੱਲ ਕੀਤੀ ਜਾ ਰਹੀ ਹੈ ਕੁਲਦੀਪ ਸਿੰਘ ਧਾਲੀਵਾਲ, ਪੰਜਾਬ ਸਰਕਾਰ ਦੇ ਵਿੱਚ ਮੰਤਰੀ ਵੀ ਨੇ ਕੁਲਦੀਪ ਸਿੰਘ ਧਾਲੀਵਾਲ, NRI ਵਿਭਾਗ ਉਹਨਾਂ ਨੇ ਸਾਂਭਿਆ। ਉਮੀਦਵਾਰ ਸਨ ਅੰਮ੍ਰਿਤਸਰ ਤੋਂ, ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਉਮੀਦਵਾਰ ਸਨ ਕੁਲਦੀਪ ਧਾਲੀਵਾਲ, ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਇਹ ਪ੍ਰਤੀਤ ਹੋ ਰਿਹਾ ਕਿ ਆਖਿਰਕਾਰ ਹਾਰ ਹੋਈ ਤਾਂ ਹੋਈ ਕਿਉਂ। ਬੜੇ ਹੀ ਸਖਤ ਸ਼ਬਦਾਂ ਦੇ ਵਿੱਚ ਜਿਵੇਂ ਗੁੱਸਾ ਛਲਕਦਾ ਉਹਨਾਂ ਦਾ, ਅਤੇ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਐਵੇਂ ਡਰਾਮੇ ਨਾ ਮਾਰੀ ਜਾਓ, ਗਰਾਊਂਡ ਜ਼ੀਰੋ 'ਤੇ ਅਸੀਂ ਗਏ ਹੀ ਨਹੀਂ, ਗਰਾਊਂਡ 'ਤੇ ਜਾ ਕੇ ਕੰਮ ਹੀ ਨਹੀਂ ਕੀਤਾ ਉਹਨਾਂ ਦਾ ਕਹਿਣਾ ਹੈ, ਅਤੇ ਜਿੱਤ ਕਿੱਥੋਂ ਹੋਣੀ ਸੀ। ਬਹੁਤ ਵੱਡਾ ਬਿਆਨ ਹੈ ਆਪਣੇ ਆਪ ਦੇ ਵਿੱਚ, ਭਾਵੇਂ ਇਹਨੂੰ ਲੋਕ ਸਭਾ ਚੋਣਾਂ ਦੇ ਸੰਦਰਭ 'ਚ ਦੇਖ ਲਈਏ ਜਾਂ ਫਿਰ ਇਹਨੂੰ ਪੂਰੇ ਸਰਕਾਰ ਦੇ ਹੁਣ ਤੱਕ ਦੇ ਕਾਰਜਕਾਲ ਦੇ ਸੰਦਰਭ 'ਚ ਦੇਖ ਲਈਏ, ਆਪਣੇ ਆਪ 'ਚ ਬੜਾ ਵੱਡਾ ਬਿਆਨ ਦੇ ਗਏ ਨੇ ਕੁਲਦੀਪ ਸਿੰਘ ਧਾਲੀਵਾਲ। ਪਰ ਕਿਉਂ? ਇਸ ਤੋਂ ਪਹਿਲਾਂ ਵਿਵਾਦ ਹੋਰ ਵੀ ਉੱਠੇ ਨੇ, ਅੰਮ੍ਰਿਤਸਰ ਦੇ ਹੀ ਲੀਡਰ ਜਿਹੜੇ ਨੇ ਉਹ ਖਾਸ ਕਰਕੇ ਇੱਦਾਂ ਦੀ ਵਿਵਾਦਿਤ ਬਿਰਤੀ ਰੱਖ ਰਹੇ ਨੇ। ਕਿਉਂ ਕਿਉਂ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ, ਔਰ ਕੁਲਦੀਪ ਧਾਲੀਵਾਲ ਕਿਉਂ ਅਚਾਨਕ ਗੁੱਸੇ ਦੇ ਵਿੱਚ ਇਸ ਤਰ੍ਹਾਂ ਛਲਕ ਪਏ, ਆਪਣੀ ਹੀ ਪਾਰਟੀ ਨੂੰ ਕਿਉਂ ਨਸੀਹਤਾਂ ਦੇਣ ਲੱਗ ਪਏ ਨੇ ਕੁਲਦੀਪ ਧਾਲੀਵਾਲ? ਗਰਾਊਂਡ ਜ਼ੀਰੋ 'ਤੇ ਕਿੰਨੇ ਕੰਮ ਨਹੀਂ ਕੀਤਾ, ਕੌਣ ਨਹੀਂ ਕੰਮ ਕਰ ਸਕਿਆ ਗਰਾਊਂਡ ਜ਼ੀਰੋ ਦੇ ਉੱਤੇ, ਕਿਹਨੂੰ ਲੋੜ ਸੀ, ਕਿਹਨੂੰ ਸੁਣਾਉਂਦੇ ਪਏ ਨੇ ਕੁਲਦੀਪ ਧਾਲੀਵਾਲ, ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ। ਹਾਲਾਂਕਿ ਇੱਥੇ ਇਹ ਵੀ ਅੰਦਾਜ਼ੇ ਲਾਏ ਜਾ ਸਕਦੇ ਨੇ, ਕੁਲਦੀਪ ਧਾਲੀਵਾਲ ਦੇ ਕੋਲੋਂ ਪਹਿਲਾਂ ਖੇਤੀਬਾੜੀ ਮੰਤਰਾਲਾ ਸੀ ਜਿਹੜਾ ਉਹ ਖੋਹ ਲਿਆ ਗਿਆ ਸੀਗਾ। ਖੇਤੀਬਾੜੀ ਮੰਤਰਾਲਾ ਖੋਹ ਕੇ ਅਤੇ ਉਹਨਾਂ ਦੇ ਕੋਲ ਸਿਰਫ NRI ਵਿਭਾਗ ਜਿਹੜਾ ਉਹ ਬਚ ਜਾਂਦਾ ਆ, ਔਰ ਉਸ ਤੋਂ ਬਾਅਦ ਹੋ ਸਕਦਾ ਕਿ ਉਹਦਾ ਗੁੱਸਾ ਵੀ ਵਿੱਚ ਦੇਣੀ ਕੁਲਦੀਪ ਧਾਲੀਵਾਲ ਇੱਥੇ ਹੀ ਕੱਢ ਗਏ, ਔਰ ਨਾਲ ਦੀ ਨਾਲ ਹਾਰ ਤੋਂ ਬਾਅਦ ਜਦੋਂ ਗੁੱਸਾ ਭੜਕਿਆ ਅਤੇ ਅਚਾਨਕ ਹਰ ਇੱਕ ਚੀਜ਼ ਉਜਾਗਰ ਹੋ ਗਈ। ਖੈਰ, ਉਹ ਤਾਂ ਬਾਅਦ ਦੀਆਂ ਗੱਲਾਂ ਨੇ ਕਿ ਕਿਹਾ ਕਿਹਨੂੰ ਹੈ, ਸੁਣਾਇਆ ਕਿਹਨੂੰ ਹੈ, ਪਰ ਕਿਹਾ ਕੀ ਗਿਆ ਆ ਉਹ ਸੁਣ ਲੈਂਦੇ ਹਾਂ। ਭਗਵੰਤ ਮਾਨ ਜੀ ਨੇ ਬਣਾਈਆਂ ਪਾਰਟੀ ਨੇ ਏਦਾਂ ਬਣਦਾ ਪਲਾਟ ਕਲੋਨੀ ਕੱਟੀ ਨੇ, ਆਹ ਪਲਾਟ ਮੇਰਾ ਜੀ, ਆਹ ਪਲਾਟ ਮੇਰਾ ਜੀ, ਆਹ ਪਲਾਟ ਉਹਦਾ ਜੀ, ਕਲੋਨੀਆਂ ਨੀ ਕੱਟਣ ਦਿਆਂਗੇ ਕਿਸੇ ਨੂੰ, ਭਾਵੇਂ ਜੋ ਮਰਜ਼ੀ ਹੋਵੇ। ਖੰਬੇਬਾਜ਼ੀ ਬੰਦ ਕਰੋ ਯਾਰ, ਥੱਲੇ ਜਾਓ ਗਰਾਊਂਡ ਤੇ ਜਾਓ, ਸਾਦੀ ਗਰਾਊਂਡ ਤੇ ਜ਼ੀਰੋ ਤੇ, ਆਪਾਂ ਗਰਾਊਂਡ ਤੇ ਨਹੀਂ ਜਾ ਗਏ, ਐਵੇਂ ਨਾ ਮਰ ਜਾਓ, ਆਪਣੇ ਆਪ ਨਾ ਆਪਣਾ ਆਪ ਦੇਖੋ ਜਰਾ। ਆਪਣਾ ਕਿਲਾ ਸਾਰ ਕੇ ਰੱਖਿਆ, ਜਿੰਨਾ ਜਿੰਨਾ ਮਰਜ਼ੀ ਅਟੈਕ ਕਰ ਲਓ, ਆਪਣੇ ਕਿਲੇ ਮਜ਼ਬੂਤ ਕਰੋ, ਕਿਲੇ 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 ਮਜ਼ਬੂਤ ਕਰੋ, ਗੱਲਾਂ ਨਾ ਕਰੋ, ਕਿਲੇ ਦੀ ਲੋੜ ਹੈ। ਇਲੈਕਸ਼ਨ ਦੇ ਵਿੱਚ ਸ਼ਰਾਬਾਂ ਵੀ ਵੰਡੀਆਂ ਜਾਂਦੀਆਂ, ਪੈਸਾ ਵੀ ਵੰਡਿਆ ਜਾਂਦਾ, ਉਹ ਤਾਂ ਵੰਡਦੇ ਆ, ਉਹਨਾਂ ਦਾ ਤਾਂ ਕੰਮ ਹੀ ਹੈ, ਉਹਦਾ ਵੰਡਣਾ ਹੀ ਵੰਡਣਾ। ਕਾਂਗਰਸ ਨੇ, ਅਕਾਲੀਆਂ ਨੇ, ਬੀਜੇਪੀ ਵਾਲਿਆਂ ਨੇ ਥੋੜ੍ਹਾ ਰੁਪਈਏ ਵੰਡੇ, ਕੱਲ੍ਹ ਨੂੰ ਅੱਗੋਂ ਦੱਸ ਲਿਆ ਸੀਗਾ ਤੇ ਬੀਜੇਪੀ ਵਾਲਿਆਂ ਨੇ 35 ਕਰੋੜ ਰੁਪਈਆ ਵੰਡਿਆ, ਉਹ ਵੰਡਣਗੇ ਸਰ, ਕੋਈ ਗੱਲ ਨੀ। ਉਹਦੋਂ ਤੋਂ ਬਚਣਾ ਕਿੱਦਾਂ, ਇਹੀ ਨਹੀਂ ਸੋਚਣਾ, ਅਸੀਂ ਉਹਦਾ ਹੱਲ ਇਹੀ ਕੱਢਣਾ ਸਰ, ਅਸੀਂ ਕਿੱਦਾਂ ਬਚਣਾ। 19 ਦੇ ਵਿੱਚ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਸਦਕੇ ਕਿਹਾ ਵੀ ਕਿ ਇਲੈਕਸ਼ਨ ਲੜਨੀ ਬਹੁਤ ਤੁਹਾਨੂੰ, ਅੱਛਾ ਜੀ ਵੋਟ ਨਹੀਂ ਪੈਣੀ ਕੋਈ, ਕਹਿੰਦੇ ਪਾਰਟੀ ਬਚਾਉਣੀ ਹੈ, ਪਾਰਟੀ ਕਰਕੇ ਤੁਹਾਨੂੰ ਇਲੈਕਸ਼ਨ ਲੜਨੀ ਪਊਗੀ। ਆਪਾਂ ਇਲੈਕਸ਼ਨ ਲੜੇ, ਆਪਾਂ ਨੂੰ ਸਰ 21,000 ਦੇ ਕਰੀਬ ਵੋਟ ਪਈ, ਸਿਰਫ 21,000, ਆਪਾਂ 5 ਸਾਲਾਂ 'ਚ ਕਿੱਥੇ ਆ ਗਏ, ਆਪਾਂ 5 ਸਾਲ ਦੇ ਵਿੱਚ ਸਰ 19 ਤੋਂ ਲੈ ਕੇ 24 ਤੱਕ ਆਪਾਂ 21 ਤੋਂ 1,15,000 ਤੇ ਆਏ। ਸਾਡੇ ਖਿਲਾਫ਼ ਕਿਹੜਾ ਕਿਹੜਾ ਵੱਡਾ ਮੋਰਚਾ ਸੀਗਾ, ਤੁਸੀਂ ਸੋਚੋ, ਆਪਾਂ ਨੂੰ ਸਿਰਫ 22,000 ਵੋਟਾਂ ਦੀ ਹੋਰ ਲੋੜ ਸੀ। ਜੇ ਆਪਾਂ ਜਿੱਤ ਜੇ 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 ਆਪਣਾ
ਜੇ ਤੁਸੀਂ ਤਾਂ ਆਪਾਂ ਨੂੰ 22,000 ਵੋਟ ਦੀ ਲੋੜ ਸੀ, ਮੋਦੀ ਕੋਈ ਲੰਮੀ ਚੌੜੀ ਗੱਲ ਨਹੀਂ। ਆਪਾਂ ਸਰ ਇਹ ਵੇਖਣਾ, ਮੈਨੂੰ ਪਤਾ ਜ਼ਿੰਦਗੀ ਦੇ ਵਿੱਚ ਕਈ ਵਾਰ ਮਜ਼ਬੂਰੀਆਂ ਹੁੰਦੀਆਂ, ਇਹਦਾ ਇਸੇ ਤਰ੍ਹਾਂ ਹੁੰਦਾ ਕਿ ਬੰਦਾ ਤੁਹਾਡੇ ਨਾਲ ਧੋਖਾ ਕਰੂਗਾ, ਪਰ ਮਜ਼ਬੂਰੀ ਪੋਲੀਟੀਕਲ ਮਜ਼ਬੂਰੀਆਂ ਹੁੰਦੀਆਂ, ਉੱਥੇ ਬਾਜਾਂ ਨਾਲ ਵੀ ਪੈਰ ਨਾਲ ਪੈਰ ਲਾ ਕੇ ਤੁਰਨਾ ਪੈਂਦਾ। ਪਰ ਇੱਕ ਗੱਲ ਯਾਦ ਰੱਖੋ, ਜਿਹੜਾ ਬੰਦਾ ਧੋਖਾ ਕਰਦਾ ਸਰ, ਦੂਜੇ ਦਾ ਨੁਕਸਾਨ ਘੱਟ ਕਰਦਾ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।